ਜੋ ਵੀ ਕੱਲ ਏਅਰਪੋਰਟ ਤੇ ਹੋਇਆ ਉਹਨੇ ਠੀਕ ਕੀਤਾ। ਜਿਗਰ ਤੇ ਉਹਨੇ ਕਰਨਾ ਸੀ। ਮਾਂ ਆਪਣੀ ਮਾੜੀ ਹੋਵੇ, ਚੰਗੀ ਹੋਵੇ, ਕੋਈ ਬੱਚਾ ਯਾਦ ਆ? ਜਦੋਂ ਮਾਂ ਨੂੰ ਕਹਿਤਾ 100 ਰੁਪਈਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦੀ, ਦੀਵਾਨੀ ਦੀ, ਮੈਂ ਦੀਵਾਨੀ ਦੀ ਹੋ ਗਈ ਹਾਂ। ਕਾਹ ਕਰਨੇ ਦੇ ਵਿੱਚ ਮੇਰੀ ਬੇਟੀ ਪੜ੍ਹਨ ਸਕੂਲੇ ਜਾਂਦੀ ਰਹੀ, ਉਦੋਂ ਕੋਈ ਮੈਨੂੰ ਸ਼ਿਕਾਇਤ ਨਾ ਆਈ, ਨਾ ਮੈਨੂੰ ਕੋਈ ਲਾਮਾ ਆਇਆ। ਅੱਜ ਜੇ ਉਹਨੂੰ ਕਿਹਾ ਕੁਛ ਤੇ ਫੇਰ ਆ, ਜੇ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖਦੀ ਉਨ ਚਿਰ ਮੈਂ ਕੋਈ ਸੱਚ ਨਹੀਂ ਮੰਨਦਾ। ਮੈਨੂੰ ਵਿਖਾਇਆ ਜਾਵੇ ਥੱਪੜ ਵੀ ਮਾਰਿਆ ਵਾ ਤੇ ਕਿੱਦਾਂ ਮਾਰਦੀ ਦੱਸੋ, ਮੈਂ ਉਹ ਗਲਤੀ ਪਰ ਜੇ ਨਹੀਂ ਮੇਰੀ ਧੀ ਨੇ ਕੀਤੀ ਤਾਂ ਮੈਂ ਅਨੀ ਨਹੀਂ ਸੀ। ਮੇਰਾ ਨਾਂ ਵੀਰ ਕੌਰ ਆ, ਪਿੰਡ ਸਾਡਾ ਮਹੀਂਵਾਲ ਆ। ਬੇਟੀ ਮੇਰੀ ਕੁਲਵਿੰਦਰ ਕੌਰ ਆ। ਜੋ ਵੀ ਕੱਲ ਏਅਰਪੋਰਟ ਤੇ ਹੋਇਆ ਉਹਨੇ ਠੀਕ ਕੀਤਾ। ਬਾਕੀ ਦੂਜਾ ਜੋ ਪਰਿਵਾਰ ਆ, ਜੋ ਜਸੇਬੰਦੀ ਆ ਉਹਦੇ ਨਾਲ ਆ ਆਕੇ, ਪਰ ਮੇਰੀ ਬੇਟੀ ਇੱਦਾਂ ਦੀ ਨਹੀਂ। ਮੈਂ ਨਹੀਂ ਮੰਨਦੀ ਇਹਨੂੰ ਜਿੰਨਾ ਚਿਰ ਮੈਂ ਆਪਣੀ ਅੱਖੀ ਨਹੀਂ ਵੇਖਦੀ, ਤੇ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖਦੀ ਮੈਂ ਕੁਛ ਨਹੀਂ ਦੱਸ ਸਕਦੀ, ਮੈਂ ਕੁਛ ਨਹੀਂ ਕਹਿ ਸਕਦੀ। ਜਾਂ ਮੈਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ? ਸੁਣਨ ਚ ਆਇਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ 4 ਔਰ 5 ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ। ਕੌਣ ਕੌਣ ਹੈਗੇ? ਇੱਕ ਮੇਰਾ ਭਣਵਾਈਆ, 2 ਮੇਰੇ ਜੇਠ ਲੱਗਦੇ, ਜੇਠ ਹੀ ਆ। ਇੱਕ ਜੇਠ ਮੇਰਾ ਪੂਰਾ ਗਿਆ, ਇੱਕ ਜਲੰਧਰ ਆ, ਇੱਕ ਕੈਪਟਨ ਸਾਹਿਬ ਪਿੰਡ ਆ, ਤੇ ਬਾਕੀ ਹੁਣ ਮੇਰੇ ਭਤੀਜਾ ਵੀ ਫੌਜ ਦੇ ਵਿੱਚ ਆ, ਬਾਕੀ ਮੇਰੇ ਜਵਾਈ ਵੀ ਦੂਜਾ ਵਾਰਾ ਹੈਗੇ ਆ, ਭਣੇਵੇਂ ਆ ਜਵਾਈ ਮੇਰੇ। ਸਾਰਾ ਪਰਿਵਾਰ ਸਾਡਾ ਕਤਰ ਦੀ ਲੜਾਈ, 65 ਦੀ ਲੜਾਈ, ਜੋ ਜੰਗ ਜਿੱਤਿਆ ਉਹ ਮੇਰੇ ਜੇਠਾਂ ਨੇ ਉੱਥੇ ਦੂਜਾ, ਉਸ ਟਾਈਮ ਤੇ ਪੱਤੇ ਖਾ ਖਾ ਕੇ ਪਿੱਪਲਾਂ ਦੇ, ਤੇ ਦੂਜਾ ਭੁੱਖੇ ਤੇ ਆਏ ਉੱਥੇ, ਦੂਜਾ ਲੜਦੇ ਰਹੇ ਜੰਗ। ਕੋਈ ਇਹੋ ਜਿਹੀ ਸਾਨੂੰ ਕੋਈ ਗੱਲ ਦੀ ਕੋਈ ਸ਼ਿਕਾਇਤ ਨਹੀਂ ਆਈ। ਮੇਰੀ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਨੂੰ, ਅਜੇ ਤੱਕ ਇਹ ਗੱਲ ਹੋਈ ਨਹੀਂ। ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖਦੀ। ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇਰ ਰਹੇ ਤੇ ਤੁਹਾਡੀਆਂ ਕੀ ਕੀ ਡਿਮਾਂਡਾਂ ਸੀਗੀਆਂ? ਮੇਰੀਆਂ ਡਿਮਾਂਡਾਂ ਇਹੋ ਸੀਗੀਆਂ, ਸਾਨੂੰ ਖਰਾਬਾ ਮਿਲੇ, ਕਿਉਂ ਸਾਡੀਆਂ ਫਸਲਾਂ ਰੁੜੀਆਂ ਵਾ, ਇਹਨਾਂ ਦਾ ਨੁਕਸਾਨ ਕੋਈ ਹੋਇਆ ਉਹ ਮਿਲੇ, ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ, ਕੱਚੀਆਂ ਕਿਸ਼ਤਾਂ, ਉਹ ਸਾਡੀਆਂ ਮਾਲਕੀਆਂ ਬਣ ਜਾਣ। ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ, ਤੁਸੀਂ ਵੀਡੀਓ ਦੇਖੀ ਹੋ ਏਅਰਪੋਰਟ ਦੇ ਉੱਤੇ ਕੁਲਵਿੰਦਰ ਨੇ? ਇੱਥੇ ਫੋਨ ਮੈਂ ਤੇ ਆਈ ਸੀ 7 ਵਜੇ 6 ਵਜੇ, ਮੈਂ ਨਹੀਂ ਘਰੇ ਹੈਗੀ ਸੀ, ਮੈਂ ਮਰਗ ਤੇ ਗਈ, ਮੈਂ ਮੇਰਾ ਅੱਖਾਂ ਮੈਨੂੰ ਨਹੀਂ ਪਤਾ ਕਿ ਗੱਲ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ? ਨਹੀਂ ਹੈਗੀ, ਨਹੀਂ ਹੈ। ਪਤਾ ਕਿਦਾਂ ਲੱਗਾ? ਪਤਾ ਲੱਗਾ ਜਦੋਂ ਮੈਂ ਘਰੇ ਆਈ ਆ, ਜਦੋਂ ਇੱਥੇ ਤੁਸੀਂ ਆਏ ਤੇ ਸ਼ਾਮੇ, ਮੈਨੂੰ ਨਹੀਂ ਪਤਾ ਲੱਗਾ, ਇਹਨਾਂ ਦੱਸਿਆ ਹੀ ਨਹੀਂਗਾ। ਹਾਂ ਮੈਨੂੰ ਨਹੀਂ ਦੱਸਿਆ, ਕੱਲ ਫੁੱਲ ਸੀ ਮੈਂ ਉੱਥੇ ਚੱਲ ਗਈ, ਮੈਂ ਘਰੇ ਨਹੀਂ ਸੀ ਹੈਗੀ। ਜਿਗਰ ਤੇ ਉਹਨੇ ਕਰਨਾ ਸੀ, ਮਾਂ ਆਪਣੀ ਮਾੜੀ ਹੋਵੇ, ਚੰਗੀ ਹੋਵੇ, ਕੋਈ ਬੱਚਾ ਜਾਂਦਾ? ਜਦੋਂ ਮਾਂ ਨੂੰ ਕਹਿਤਾ 100 ਰੁਪਈਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦੀ, ਦੀਵਾਨੀ ਦੀ, ਮੈਂ ਦੀਵਾਨੀ ਦੀ ਹੋ ਗਈ ਹਾਂ। ਹੈਂ ਜਦੋਂ ਪਾਣੀਆਂ ਦੇ ਵਿੱਚ ਛੰਨਾ ਗੋਹੇ ਵਾਲਿਆਂ ਦੇ ਵਿੱਚ ਮੈਂ ਜਨਮ ਦਿੱਤਾ, ਸਭ ਕੁਛ ਕੀਤਾ। ਆਹ ਜਿਹੜਾ ਪ੍ਰਧਾਨ ਮੈਂ, ਇਹ ਵੀ ਇੱਕ ਪਾਸੇ ਦੂਜਾ ਪਹੂ, ਤੇ ਇੱਕ ਪਾਸੇ ਦੂਜਾ ਹੀ ਗੰਦ, ਤੇ ਇੱਥੇ ਦੂਜਾ ਪਾਣੀ ਘੇਰ ਘੇਰ ਮੇਰੇ ਫਿਰਦਾ ਸੀ। ਤੇ ਕਾਹ ਕਰਨੇ ਦੇ ਵਿੱਚ ਮੇਰੀ ਬੇਟੀ ਪੜ੍ਹਨ ਸਕੂਲੇ ਜਾਂਦੀ ਰਹੀ, ਉਦੋਂ ਕੋਈ ਮੈਨੂੰ ਸ਼ਿਕਾਇਤ ਨਾ ਆਈ, ਨਾ ਮੈਨੂੰ ਕੋਈ ਲਾਮਾ ਆਇਆ। ਅੱਜ ਜੇ ਉਹਨੂੰ ਕਿਹਾ ਕੁਛ ਤੇ ਫੇਰ ਆ, ਜੇ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖਦੀ ਉਨ ਚਿਰ ਮੈਂ ਕੋਈ ਸੱਚ ਨਹੀਂ ਮੰਨਦੀ। ਮੈਨੂੰ ਵਿਖਾਇਆ ਜਾਵੇ ਥੱਪੜ ਵੀ ਮਾਰਿਆ ਵਾ ਤੇ ਕਿੱਦਾਂ ਮਰਜ਼ੀ ਦੱਸੋ, ਮੈਂ ਉਹ ਗਲਤੀ ਪਰ ਜੇ ਨਹੀਂ ਮੇਰੀ ਧੀ ਨੇ ਕੀਤੀ ਤਾਂ ਮੈਂ ਅਨੀ ਨਹੀਂ ਕੀਤੀ। ਕੁਛ ਕਿਹਾ ਹੋਊਗਾ ਉਹਦੀ, ਇਹੋ ਜਿਹੀ ਗੱਲ ਨੀ ਕਿ ਉਹ ਕਾਹ ਲਿਆਉਣ ਵਾਲੀ ਨੀ ਕਿ ਜਾਂ ਉਹਨੇ ਨਹੀਂ ਕਿਹਾ, ਉਹਨੇ ਕੁਛ ਪਹਿਲੋਂ ਕਿਹਾ ਹੋਊਗਾ ਕੰਗਣਾ ਨੇ। ਤਾਂ ਲੱਗਦਾ ਕਿ ਕੰਗਣਾ ਨੇ ਉਹਨੂੰ ਉਕਸਾਇਆ ਹੋਊਗਾ, ਉਹਨੂੰ ਕੁਛ ਬੋਲਿਆ, ਇਸ ਤੋਂ ਬਾਅਦ ਗੁੱਸੇ ਜਾ ਕੇ ਉਹ ਕਦੀ ਕਹਿ ਦਿੱਤਾ ਏ ਆ ਵਾ, ਕਦੀ ਕਹਿਤਾ ਏ 100 ਰੁਪਈਏ ਤੇ ਜਾਂਦੀਆਂ ਏ, ਕਦੀ ਆਉਂਦੀਆਂ ਦੁੱਪੀ ਦੀਆਂ ਵਾ, ਅਸੀਂ ਦੁੱਪੀ ਦੀਆਂ ਹੋ ਗਈਆਂ।
ਹੈਂ ਅਸੀਂ ਦੁਖੀ ਹੱਕ ਲੈਣ ਜਾਂਦੀਆਂ ਸੀ, ਅਸੀਂ ਆਪਣੀਆਂ ਜਾਇਦਾਦਾਂ ਪਿੱਛੇ ਜਾਂਦੇ ਹਾਂ, ਬੱਚਿਆਂ ਵਾਸਤੇ ਜਾਂਦੇ ਸੀ, ਹੈਂ ਖਾਣ ਪੀਣ ਵਾਸਤੇ ਅਸੀਂ ਬੱਚਿਆਂ ਦੇ ਭਵਿੱਖ ਵਾਸਤੇ ਜਾਂਦੇ ਸੀ। ਸਾਡਾ ਜੀ ਕਰਦਾ ਰੋੜਾਂ ਦੇ ਉੱਤੇ ਬਹਿਣ ਨੂੰ, ਭੁੱਖਿਆਂ ਧਿਆਂ ਦਾ ਬਹਿਣ ਨੂੰ ਜੀ ਕਰਦਾ, ਹੈਂ ਪਾਣੀ ਦੀ ਘੁੱਟ ਨੂੰ ਵੀ ਤਰਸਦੇ ਉੱਥੇ ਹੈਂ ਧੁੱਪੇ ਸੜਦੀਆਂ ਸਾਂ ਅਸੀਂ ਕਿੱਥੇ, ਅਸੀਂ ਸਾਰਾ ਦਿਨ ਉੱਥੇ ਰੋੜਾਂ ਦੇ ਉੱਤੇ ਅਤੇ ਦੁਪਹਿਰਾਂ ਦੇ ਨੰਗੀ ਪੈਰੀਂ ਅਸੀਂ ਤੁਰੀਆਂ ਫਿਰਦੀਆਂ ਰਹੀਆਂ। ਤੇ ਫਿਰ ਮੇਰੀ ਬੇਟੀ ਦਾ ਕੋਈ ਮੈਂ ਨੀ ਸੱਚ ਮੰਨਦੀ, ਕਿ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਥੱਪੜ ਮਾਰਿਆ, ਤੇ ਉਹ ਜੰਮੇ ਫਿਰ ਮੈਂ ਸੱਚ ਮੰਨੂ, ਮੈਂ ਨੀ ਮੰਨ ਸਕਦੀ। ਬੇਟੀ ਨੇ ਗੱਲਬਾਤ ਹੋਈ ਹੁੰਦੀ? ਮੇਰੀ ਨੀ ਹੋਈ, ਮੈਂ ਨਾ ਮਹਾਰਾਜ ਨੂੰ ਮੰਨਣ ਕੋਈ ਚਿੰਨ ਚਾਰ ਦਿਨ ਮੇਰੀ ਗੱਲ ਨੀ ਹੋਈ, ਮੈਂ ਘੱਟ ਕਰਦੀ ਤਾਂ ਠੀਕ ਨੀ, ਕਰਕੇ ਮੈਂ ਘੱਟ ਗੱਲ ਮੇਰੇ ਨਾਲ ਹੁੰਦੀ ਨੀ ਗੱਲ। ਪਿਤਾ ਜੀ ਕਹਿੰਦੇ ਬਿਮਾਰ ਨੇ ਉਹਦੇ? ਆਹੋ ਸਾਲ ਹੋ ਗਿਆ ਉਹਨਾਂ ਦੇ ਬਿਮਾਰ ਹੋਏ, ਅਟੈਕ ਹੋ ਗਿਆ ਆਵੇ ਅੰਦਰ ਪਏ, ਆਪ ਠਾ ਕੇ ਖੜੀਦਾ ਤੇ ਠਾ ਕੇ ਚਾਹ ਪਾਣੀ ਪਿਆਈਦਾ। ਹੁਣ ਜਦੋਂ ਪਤਾ ਲੱਗਾ ਤੇ ਕਿੱਦਾਂ ਮਹਿਸੂਸ ਕਰਦੇ ਹੋ? ਅਸੀਂ ਦੱਸਿਆ ਨੀ, ਉਹ ਕਹਿੰਦੇ ਕਿ ਇਹ ਕਿੱਧਰ ਆਏ ਨੇ, ਅਸੀਂ ਆਖਿਆ ਓਦਾਂ ਹੀ ਆਪਣੀਆਂ ਇਕੱਠੇ ਜੇ ਹੋਏ ਜੈਸੇ ਬੰਦੀ ਦਾ ਕਰਦੇ, ਉਹਨਾਂ ਨੇ ਦੱਸਿਆ। ਅਸੀਂ ਇਹ ਵੀ ਨੀ ਦੱਸਿਆ ਕੁਲਵਿੰਦਰ ਆਹ ਗੱਲ ਉੱਤੇ ਹੋਈ ਜਾਂ ਨਹੀਂ ਹੋਈ, ਹੁਣ ਵੀ ਨੀ ਅਸੀਂ ਕੋਈ ਗੱਲ ਕੀਤੀ, ਉਹਨੂੰ ਪਤਾ ਹੀ ਨੀ।